ਆਟੋ ਵਾਲੇ ਨੇ ਕਿਉਂ ਕੀਤਾ ਸੀ DSP ਦਾ ਕਤਲ? ਮਾਮੂਲੀ ਜਿਹੀ ਵਜ੍ਹਾ ਕਰਕੇ ਸਿਰ ਚ ਮਾਰੀ ਸੀ ਗੋਲੀ। ਕੀ ਹੋਇਆ ਸੀ 31 ਦਸੰਬਰ ਦੀ ਉਸ ਰਾਤ ਨੂੰ? ਕੀ ਹੈ DSP ਦੇ ਕਤਲ ਦੀ ਇਨਸਾਈਡ ਸਟੋਰੀ? ਪੰਜਾਬ ਦੇ ਜਲੰਧਰ ਚ ਅਰਜੁਨ ਅਵਾਰਡੀ DSP ਦੇ ਕਤਲ ਦੀ ਗੁੱਥੀ ਨੂੰ ਪੁਲਿਸ ਨੇ 48 ਘੰਟਿਆਂ ਚ ਸੁਲਝਾ ਲਿਆ। ਇਸ ਕਤਲ ਦਾ ਮੁੱਖ ਆਰੋਪੀ ਇੱਕ ਆਟੋ ਡਰਾਈਵਰ ਹੈ ਜਿਸ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ। ਵਿਜੇ ਨਾਮ ਦੇ ਇਸ ਆਟੋ ਡਰਾਈਵਰ ਨੂੰ ਪੁਲਿਸ ਨੇ ਲਾਂਬੜਾ ਤੋਂ ਗ੍ਰਿਫਤਾਰ ਕੀਤਾ। ਵਿਜੇ ਨੇ ਖੁਦ ਇਸ ਮਾਮਲੇ 'ਚ ਵੱਡੇ ਖੁਲਾਸੇ ਕੀਤੇ ਨੇ। ਨਵੇਂ ਸਾਲ ਦੀ ਰਾਤ ਵਿਜੇ DSP ਦਲਵੀਰ ਨੂੰ ਆਪਣੇ ਆਟੋ ਦੇ ਵਿੱਚ ਛੱਡਣ ਜਾ ਰਿਹਾ ਸੀ। ਪਹਿਲਾਂ ਦੋਵਾਂ ਨੇ ਇਕੱਠੇ ਸ਼ਰਾਬ ਪੀਤੀ, ਇੱਕ ਦੂਜੇ ਨੂੰ ਨਵੇਂ ਸਾਲ ਦੀ ਵਿਸ਼ ਕੀਤੀ, ਵਧਾਈ ਦਿੱਤੀ ਅਤੇ ਫਿਰ ਦੋਵਾਂ ਵਿਚਾਲੇ ਝਗੜਾ ਹੋ ਗਿਆ ਅਤੇ ਇਸ ਝਗੜੇ 'ਚ ਗੋਲੀ ਚਲਾ ਦਿੱਤੀ ਗਈ, ਜਿਸ ਤੋਂ ਬਾਅਦ DSP ਦੀ ਲਾਸ਼ ਬਾਬਾ ਖੇਲ ਨਹਿਰ ਦੇ ਕੋਲ ਪਈ ਮਿਲੀ। DSP ਦੀ ਲਾਸ਼ ਇਸ ਹਾਲਾਤ 'ਚ ਮਿਲਣ ਤੋਂ ਬਾਅਦ ਪੂਰੇ ਡਿਪਾਰਟਮੈਂਟ 'ਚ ਤਰਥੱਲੀ ਮਚ ਗਈ। ਮੁਲਜ਼ਮ ਆਟੋ ਵਾਲੇ ਤੱਕ ਕਿਵੇਂ ਪਹੁੰਚੀ ਪੁਲਿਸ? DSP ਦੇ ਕਤਲ ਤੋਂ ਬਾਅਦ ਪੂਰਾ ਪੁਲਿਸ ਡਿਪਾਰਟਮੈਂਟ ਚੁਕੰਨਾ ਹੋ ਗਿਆ। ਹੋਵੇ ਵੀ ਕਿਉਂ ਨਾ, ਕਤਲ ਹੋਇਆ ਸੀ ਉਹ ਵੀ ਇੱਕ DSP ਦਾ। ਜਿੱਥੋਂ DSP ਦੀ ਲਾਸ਼ ਮਿਲੀ ਆਲੇ ਦੁਆਲੇ ਦੇ ਸਾਰੇ CCTV ਖੰਗਾਲ ਦਿੱਤੇ ਗਏ। ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਨੇ ਵੀਰਵਾਰ ਨੂੰ ਪ੍ਰੈਸ ਕਾਨਫਰੰਸ 'ਚ ਦੱਸਿਆ ਕਿ ਪੁਲਿਸ CCTV ਰਾਹੀਂ ਦੋਸ਼ੀਆਂ ਤੱਕ ਪਹੁੰਚੀ ਹੈ। ਵਿਜੇ ਨੇ ਪੁਲਿਸ ਨੂੰ ਦੱਸਿਆ ਕਿ 31 ਦਸੰਬਰ ਦੀ ਦੇਰ ਰਾਤ ਉਸ ਨੂੰ BMC ਚੌਂਕ ਪੁਲ ਤੇ ਸਵਾਰੀ ਮਿਲੀ। ਵਿਅਕਤੀ ਠੀਕ ਤਰ੍ਹਾਂ ਤੁਰਨ ਫਿਰਨ ਦੇ ਯੋਗ ਨਹੀਂ ਸੀ। ਜਦੋਂ ਵਿਅਕਤੀ ਆਟੋ ਵਿੱਚ ਬੈਠਾ ਤਾਂ ਉਸ ਕੋਲ ਪਿਸਤੌਲ ਸੀ। ਇਸ ਤੋਂ ਬਾਅਦ ਉਸ ਨੂੰ ਪਤਾ ਲੱਗਾ ਕਿ ਉਹ ਪੁਲਿਸ ਅਧਿਕਾਰੀ ਸੀ। DSP ਦਲਵੀਰ ਨੇ ਉਸ ਨੂੰ ਦੱਸਿਆ ਕਿ ਉਸ ਦੀ ਕਾਰ ਖਰਾਬ ਹੋ ਗਈ ਹੈ, ਉਹ ਆਪਣੇ ਦੋਸਤ ਨੂੰ ਮਿਲਣ ਆਇਆ ਸੀ। ਇਸ ਤੋਂ ਬਾਅਦ DSP ਨੇ ਉਸ ਨੂੰ ਸ਼ਰਾਬ ਪੀਣ ਦੀ ਪੇਸ਼ਕਸ਼ ਕੀਤੀ। ਇਸ ਤੋਂ ਬਾਅਦ ਦੋਵੇਂ ਸ਼ਰਾਬ ਪੀਣ ਲਈ ਕਚਹਿਰੀ ਚੌਂਕ ਸਥਿਤ ਚਿਕਨ ਕਾਰਨਰ ਤੇ ਚਲੇ ਗਏ। ਇੱਥੇ ਵਿਜੇ ਨੇ DSP ਦੀ ਪਿਸਤੌਲ ਨੂੰ ਛੂਹਣ ਦੀ ਕੋਸ਼ਿਸ਼ ਕੀਤੀ। ਇਸ ਤੇ ਦਲਵੀਰ ਨੂੰ ਗੁੱਸਾ ਆ ਗਿਆ। ਉਸਨੇ ਕਿਹਾ ਕਿ ਤੁਸੀਂ ਇਸ ਨੂੰ ਨਾ ਛੂਹੋ, ਇਹ ਤਾਂ ਚੱਲ ਜਾਵੇਗੀ। ਇਸ ਤੋਂ ਬਾਅਦ ਉਹ ਚਿਕਨ ਦੀ ਦੁਕਾਨ ਤੋਂ ਬਾਹਰ ਆ ਗਿਆ। ਉੱਥੇ DSP ਨੇ ਸ਼ਰਾਬ ਦੀ ਇੱਕ ਹੋਰ ਬੋਤਲ ਪੀ ਲਈ। ਖੋਜੇਵਾਲ ਨੂੰ ਜਾਂਦੇ ਸਮੇਂ ਉਸਨੇ ਪੈਟਰੋਲ ਪੰਪ ਤੋਂ ਤੇਲ ਭਰਾਇਆ। ਉਹ ਫਿਰ ਤੁਰਨ ਲੱਗਾ। ਰਸਤੇ 'ਚ ਦਲਵੀਰ ਨੂੰ ਉਲਟੀਆਂ ਆਉਣ ਲੱਗੀਆਂ। ਉਸਨੇ ਆਟੋ ਰੋਕ ਲਿਆ। DSP ਦਲਵੀਰ ਨੇ ਉਸਨੂੰ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਦਲਵੀਰ ਸਿੰਘ ਵਿਜੇ ਨੂੰ ਖੋਜੇਵਾਲਾ ਤੱਕ ਲੈ ਕੇ ਜਾਣ ਲਈ ਕਹਿ ਰਿਹਾ ਸੀ, ਜਦੋਂ ਕਿ ਆਟੋ ਵਾਲੇ ਨੇ ਬਸਤੀ ਬਾਬਾ ਖੇਲ ਨਹਿਰ ਨੇੜੇ ਹੀ ਆਟੋ ਨੂੰ ਰੋਕ ਦਿੱਤਾ ਅਤੇ ਉਸਦਾ ਵਿਰੋਧ ਕੀਤਾ। ਇੰਨੇ 'ਤੇ DSP ਦਲਵੀਰ ਨੇ ਉਸ ਵੱਲ ਪਿਸਤੌਲ ਤਾਂ ਦਿੱਤੀ। ਇਸ ਝਗੜੇ ਦੌਰਾਨ ਵਿਜੇ ਨੇ ਪਿਸਤੌਲ ਖੋਹ ਲਿਆ ਅਤੇ DSP ਦੇ ਸਿਰ 'ਚ ਗੋਲੀ ਮਾਰ ਦਿੱਤੀ। ਇਸ ਤੋਂ ਬਾਅਦ ਉਹ ਲਾਸ਼ ਨੂੰ ਉੱਥੇ ਹੀ ਛੱਡ ਕੇ ਪਿਸਤੌਲ ਆਪਣੇ ਨਾਲ ਲੈ ਕੇ ਘਰ ਚਲਾ ਗਿਆ। ਜਤਾਈ ਜਾ ਰਹੀ ਸੀਗੀ। ਪੋਸਟਮਾਰਟਮ ਤੋਂ ਬਾਅਦ ਪਤਾ ਲੱਗਿਆ ਕਿ ਇਹ ਗਨਸ਼ੋਟ ਇੰਜਰੀ ਹੈ ਅਤੇ ਮੌਤ ਦਾ ਕਾਰਨ ਗਨਸ਼ੋਟ ਵੂੰਡ ਹੈ। ਰਾਈਟ ਆਈ ਦੇ ਉੱਤੇ ਐਂਟਰੀ ਪੁਆਇੰਟ ਸੀਗਾ, ਐਗਜ਼ਿਟ ਪੁਆਇੰਟ ਸਿਰ ਦੇ ਪਿੱਛੋਂ ਸੀਗਾ, ਨੈਕ ਤੋਂ ਉੱਤੇ, ਐਂਡ ਮੌਕੇ 'ਤੇ 9 mm ਦੀ ਖੋਲ ਮਿਲਿਆ ਸੀਗਾ। 9 mm ਦਾ ਖੋਲ ਮਿਲਿਆ ਤਾਂ ਸਾਨੂੰ ਇਹ ਲੱਗਿਆ ਕਿ ਇਹਨਾਂ ਦੇ ਕੋਲ ਇਹਨਾਂ ਦਾ ਆਪਣਾ ਵੈਪਨ ਵੀ ਹੋਣਾ ਹੈ। ਇਹਨਾਂ ਨੂੰ ਸਰਕਾਰੀ ਗਲੋਕ ਜਿਹੜਾ ਹੈ 9 mm ਉਹ ਸ਼ੂਟ ਸੀਗਾ। ਇਨਵੈਸਟੀਗੇਸ਼ਨ ਚੱਲਦੀ ਰਹੀ 2 ਦਿਨਾਂ ਵਿੱਚ। ਸੀਕੁਐਂਸ ਆਫ ਇਵੈਂਟਸ ਜਿਹੜੇ ਸੀਗੇ ਕਿ 31 ਤਰੀਕ ਸ਼ਾਮ ਨੂੰ ਇਹਨਾਂ ਨੇ ਇੱਕ ਗੈਰਾਜ ਓਨਰ ਨੂੰ ਬੁਲਾਇਆ ਸੀਗਾ। ਉਸ ਗੈਰਾਜ ਓਨਰ ਦੇ ਗੈਰਾਜ 'ਚ ਇੱਕ ਗੱਡੀ ਜਿਹਦਾ ਇਹਨਾਂ ਦੀ ਗੱਡੀ ਦੇ ਨਾਲ ਐਕਸੀਡੈਂਟ ਹੋ ਗਿਆ ਸੀਗਾ ਉਹ ਖੜ੍ਹੀ ਸੀਗੀ। ਜਿਸ ਬੰਦੇ ਨਾਲ ਐਕਸੀਡੈਂਟ ਹੋਇਆ ਸੀਗਾ ਉਹਨੂੰ ਵੀ ਬੁਲਾਇਆ ਕਿ ਮੈਂ ਦੇਖਣਾ ਚਾਹੁੰਦਾ ਕਿ ਗੱਡੀ ਦਾ ਕਿੰਨਾ ਕੰਮ ਹੋ ਗਿਆ। ਉਹਨਾਂ ਦੇ ਨਾਲ ਬਹਿ ਕੇ ਇਹ ਖੋਜੇਵਾਲ ਪਿੰਡ ਤੋਂ ਗੈਰਾਜ ਜਿਹੜਾ ਹੈ ਉੱਥੇ ਆ ਗਏ, ਮੋਟਰ ਗੈਰਾਜ। ਉਸ ਤੋਂ ਬਾਅਦ ਇਹਨਾਂ ਨੇ ਦੋਨਾਂ ਨੂੰ ਕਿਹਾ ਕਿ ਮੈਨੂੰ ਤੁਸੀਂ ਬੱਸ ਅੱਡਾ ਛੱਡ ਦਿਉ। ਬੱਸ ਅੱਡੇ ਇਹਨਾਂ ਦਾ ਕੋਈ ਫਰੈਂਡ ਰਹਿੰਦਾ ਸੀਗਾ, ਉਹ ਫਰੈਂਡ ਉੱਥੇ ਮੌਜੂਦ ਨਹੀਂ ਸੀਗਾ।
ਇਹਨਾਂ ਨੇ ਆਟੋ ਲਿੱਤਾ, ਆਟੋ ਲੈ ਕੇ ਇਹ ਕਚਹਿਰੀ ਚੌਂਕ ਵੱਲ ਆਏ। ਉਸ ਤੋਂ ਬਾਅਦ ਫਿਰ ਦੁਬਾਰਾ ਕੋਈ 9:30 ਵਜੇ ਵਾਪਿਸ ਬੱਸ ਅੱਡੇ ਚਲੇ ਗਏ। ਉੱਥੋਂ ਇੱਕ ਦੂਜਾ ਆਟੋ ਲਿੱਤਾ, ਦੂਜਾ ਆਟੋ ਲਿੱਤਾ, ਉਹਨੂੰ ਕਿਹਾ ਕਿ ਮੈਂ ਖੋਜੇ ਵੱਲ ਜਾਣਾ। ਉਹਨੇ ਕਿਹਾ ਜੀ ਮੈਂ ਇੰਨੀ ਦੂਰ ਨਹੀਂ ਜਾਊਂਗਾ। ਅਤੇ ਇਹਨਾਂ ਨੇ ਕਿਹਾ ਚੱਲ ਮੈਨੂੰ ਤੂੰ ਕਪੂਰਥਲਾ ਚੌਂਕ ਜਾਂ ਮਾਮੇ ਦੇ ਢਾਬੇ ਤੱਕ ਛੋੜ ਛੱਡ ਦੇ, ਉੱਥੋਂ ਮੈਂ ਅੱਗੇ ਕੁਛ ਹੋਰ ਕਰ ਲਿਆਂਗਾ, ਕੋਈ ਟੈਕਸੀ ਕਰ ਲਿਆਂਗਾ ਜਾਂ ਮੇਰਾ ਕੋਈ ਜਾਣਕਾਰ ਹੋਗਾ ਉਹਨੂੰ ਮੈਂ ਬੁਲਾ ਲਿਆਂਗਾ। ਇਵੈਂਚੁਅਲੀ ਦੇਰੀ ਹੋ ਗਈ ਸੀਗੀ, 12:30 ਦੇ ਕਰੀਬ ਇਹ ਮਾਮੇ ਦੇ ਢਾਬੇ ਦੇ ਕੋਲ ਸੀਗੇ। ਉੱਥੋਂ ਕੋਈ ਵਹੀਕਲ ਮਿਲੀ ਨਹੀਂ, ਨਿਊ ਈਅਰ ਈਵ ਸੀਗੀ, ਠੰਡ ਸੀਗੀ। ਇਹਨਾਂ ਨੇ ਉਹਨੂੰ ਕਿਹਾ ਕਿ ਤੂੰ ਮੈਨੂੰ ਛੱਡ ਦੇ ਖੁਜਵਾਲ ਪਿੰਡ, ਇਹਨਾਂ ਦਾ ਆਪਣਾ ਜਿਹੜਾ ਪੁਸ਼ਤਾਨੀ ਪਿੰਡ ਹੈ। ਉਹਨੇ ਮਨ੍ਹਾ ਕੀਤਾ, ਜਿਹੜਾ ਮੁੰਡਾ ਸੀਗਾ ਉਹ ਨਸ਼ੇੜੀ ਟਾਈਪ ਦਾ ਹੈ ਅਤੇ ਨਸ਼ਾ ਵੀ ਕਰਦਾ ਹੈ, ਜਿਹੜਾ ਆਟੋ ਚਾਲਕ ਹੈ, ਨਸ਼ਾ ਛੁਡਾਊ ਕੇਂਦਰ ਤੋਂ ਦਵਾਈ ਵੀ ਲੈਂਦਾ ਹੈ। ਕਹਾ ਸੁਣੀ 'ਚ ਹੱਥਪਾਈ ਵੀ ਹੋਈ ਇਹਨਾਂ ਦੀ। ਹੱਥਪਾਈ ਵਿੱਚੋਂ ਉਹਨੇ ਜਿਹੜਾ ਇਹਨਾਂ ਦਾ ਸਰਕਾਰੀ ਵੈਪਨ ਸੀਗਾ ਉਹ ਖੋਹ ਕੇ ਇੱਕ ਫਾਇਰ ਕੀਤਾ, ਉਹ ਇੱਕ ਫਾਇਰ ਤੋਂ ਹੀ ਇਹਨਾਂ ਦੀ ਡੈਥ ਹੋ ਗਈ। ਜਿਹੜਾ ਬੰਦਾ ਆਈਡੈਂਟੀਫਾਈ ਕੀਤਾ ਗਿਆ ਹੈ ਉਹਦਾ ਨਾਮ ਵਿਜੇ ਕੁਮਾਰ ਹੈ। ਇਹ ਜਲੰਧਰ ਦਾ ਰਹਿਣ ਵਾਲਾ ਹੈ, 6 ਸਾਲ ਤੋਂ ਆਟੋ ਚਲਾ ਰਿਹਾ। ਇਹਦਾ ਇੱਕ ਹੋਰ ਭਰਾ ਵੀ ਹੈ, ਫਾਦਰ ਇਹਦਾ ਡਰਾਈਵਰੀ ਦਾ ਕੰਮ ਕਰਦਾ ਸੀਗਾ। ਇਜ਼ ਨੋ ਮੋਰ, ਇਹਨੂੰ ਅਰੈਸਟ ਕਰ ਲਿਆ ਹੈ। ਇਹਦੇ ਪੁਜ਼ੀਸ਼ਨ ਤੋਂ 9mm ਗਲੌਕ ਮਿਲਿਆ ਹੈ, ਬੁਲੇਟਸ ਮਿਲੀਆਂ ਜਿਹੜੀ ਸਰਕਾਰੀ ਇਸ਼ੂ ਨੇ, ਪਲੱਸ ਇਹਦੇ ਕੱਪੜੇ ਜਿਹੜੇ ਖੂਨ ਤੋਂ ਲਥਪਥ ਸੀਗੇ ਉਹ ਆਪਾਂ ਬਰਾਮਦ ਕਰ ਲਏ। ਤਾਂ ਕੇਸ ਹੈਜ਼ ਬੀਨ ਟਰੇਸਡ ਅਤੇ ਫੈਮਲੀ, ਇਹਨਾਂ ਦੀ ਫੈਮਲੀ ਜਿਹੜੀ ਉਹਨਾਂ ਦੇ ਨਾਲ ਵੀ ਗੱਲ ਹੋਈ, ਉਹ ਸਾਡੀ ਆਪਣੀ ਫੈਮਲੀ ਹੈ। ਉਹਨਾਂ ਨੂੰ ਆਪਾਂ ਇਹ ਦੱਸਿਆ ਹੈ ਕਿ ਪੂਰਾ ਜਿਹੜਾ ਮੈਂ ਤੁਹਾਨੂੰ ਬਰੀਫ ਕਰ ਰਿਹਾ ਸੀਕੁਐਂਸ ਆਫ ਈਵੈਂਟਸ ਦੱਸਿਆ। ਇਹਨਾਂ ਨੇ ਕਿਹਾ ਮੈਨੂੰ ਛੱਡ ਗਿਆ, ਹੁਣ ਮੈਂ ਕਿੱਥੇ ਜਾਊਂਗਾ ਜੀ। ਇਹਨੇ ਥੋੜਾ ਨਸ਼ਾ ਕੀਤਾ ਹੋਇਆ ਸੀਗਾ ਬੰਦੇ ਨੇ, ਇਹ ਅਗਰੈਸਿਵਲੀ ਬੋਲਿਆ ਹੋਣਾ ਹੈ ਅਤੇ ਡੀ ਐਸ ਪੀ ਸਾਹਿਬ ਨੂੰ ਵੀ ਥੋੜ੍ਹਾ ਗੁੱਸਾ ਆ ਗਿਆ ਹੋਣਾ ਅਤੇ ਸਕਫਲ ਸ਼ੁਰੂ ਹੋ ਗਿਆ। ਨਹੀਂ ਉਹ ਬਿਲਕੁਲ ਜਿਹੜੇ ਘਰ ਹੈ ਜਦ ਗਨ ਸ਼ੋਟ ਹੁੰਦਾ ਹੈ ਅਤੇ ਆਵਾਜ਼ ਆਉਂਦੀ ਹੈ। ਇਹਨਾਂ ਨੇ ਕੱਢੀ ਬਾਹਰ, ਇਹਨਾਂ ਨੇ ਉਹਨੂੰ ਟਰਾਲੀ ਕੱਢੀ, ਉਹਨਾਂ ਖੋਲੀ ਜਾਂ ਨਹੀਂ? ਜਦ ਸਕਫਲ ਹੋ ਰਹੀ ਹੈ ਅਤੇ ਬੋਡੀ ਵਿੱਚ ਕੁਛ ਵੀ ਤੁਸੀਂ ਕਿਹਾ ਰੱਖਿਆ ਹੈ ਉਹ ਤਾਂ ਹੱਥ ਆ ਹੀ ਜਾਊਗਾ ਨਾ। 12:30 ਦਾ ਟਾਈਮ ਨਹੀਂ, ਗਲੌਕ ਪਿਸਟਲ ਤਾਂ ਕੋਈ ਵੀ ਚਲਾ ਸਕਦਾ ਜੀ। ਬਸਤੀ ਬਾਵਾ ਖੇਲ ਨਹਿਰ ਦੇ ਕੋਲ, ਓਕੇ। ਇਹਨਾਂ ਦਾ ਇਹ ਸੀਗਾ ਕਿ ਦੂਜਾ ਰੂਟ ਲੈ ਰਹੇ ਸੀਗੇ, ਹਾਂ ਦੇ ਵਰ ਟੇਕਿੰਗ ਸਮ ਸ਼ਾਰਟਕਟ ਜੋ ਜਿਹੜੀ ਵੀਡੀਓ ਹੈ ਤੁਹਾਨੂੰ ਗਰੁੱਪ ਚ ਪਾਤੀ ਹੈ ਸਾਰੀ ਵੀਡੀਓ। ਅਤੇ ਪਹਿਲਾਂ ਇੱਕ ਆਟੋ ਲੈ ਕੇ ਗਏ ਸੀਗੇ, ਫਿਰ ਦੁਬਾਰਾ ਆਏ ਸੀਗੇ ਡੀ ਐਸ ਪੀ ਸਾਹਿਬ ਬਸ ਅੱਡੇ। ਡੀ ਐਸ ਪੀ ਸਾਹਿਬ ਦੇ ਉੱਥੇ
ਦੋ ਗਨਮੈਨ ਇਸ਼ੂਡ ਸੀਗੇ, ਇੱਕ ਛੁੱਟੀ ਤੇ ਸੀਗਾ, ਇੱਕ ਜਿਹੜਾ ਸੀਗਾ ਉਹ ਘਰ ਗਿਆ ਸੀਗਾ ਇਹਨਾਂ ਨੂੰ ਪੁੱਛ ਕੇ ਰਾਤ ਨੂੰ। ਤੁਸੀਂ ਕੇਸ ਦੇ ਰਿਲੇਟਡ ਪੁੱਛੋ, ਇਹ ਜਿਹੜੀ ਚੀਜ਼ ਹੈ ਮੈਂ ਦੁਬਾਰਾ ਤੁਹਾਨੂੰ ਇਨਵਾਈਟ ਕਰਾਂਗਾ। ਆਈਲ ਟੇਕ ਸਜੈਸ਼ਨਸ ਫਰੋਮ ਯੂ। ਨਹਿਰ ਦੇ ਕੋਲ ਹੀ ਹੋਈ ਹੈ ਇਹ, ਬਹਿਸ ਕਰਦੇ ਕਰਦੇ ਪਿੱਛੋਂ ਹੀ ਆ ਰਹੇ ਸੀਗੇ। ਹਾਂ ਜੀ 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 ਇਸ ਅਨਮੈਰਿਡ ਏਜ ਹੋਣੀ ਹੈ ਕੋਈ ਹੈ 35-36 ਸਾਲ ਹੋਣੀ। ਹਾਂਜੀ ਕੀ ਜੀ? ਨਹੀਂ ਨਹੀਂ ਜੀ, ਪੋਸਟਮਾਰਟਮ ਬਿਲਕੁਲ ਕਲੀਅਰ ਹੈ ਜੀ। ਹਾਂਜੀ ਦ ਡੈਥ ਇਜ਼ ਬਾਈ ਗਨਸ਼ੋਟ ਇੰਜਰੀ। ਜੀ 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 ਨਹੀਂ, ਇਟ ਇਜ਼ ਰਾਈਟ ਆਈਬ੍ਰੋ ਤੇ ਉੱਤੇ ਇੱਕ ਇੰਚ ਉੱਤੇ। ਹਾਂ ਸੀਪੀ ਸਵਪਨ ਸ਼ਰਮਾ ਨੇ ਦੱਸਿਆ ਕਿ ਆਰੋਪੀ ਵਿਜੇ ਪਹਿਲਾਂ ਕੈਂਟਰ ਡਰਾਈਵਰ ਵਜੋਂ ਕੰਮ ਕਰਦਾ ਸੀ। ਉਹ ਪਿਛਲੇ 6 ਸਾਲਾਂ ਤੋਂ ਆਟੋ ਚਲਾ ਰਿਹਾ ਸੀ। ਪੁਲਿਸ ਨੇ ਉਸ ਕੋਲੋਂ ਪਿਸਤੌਲ, ਗੋਲੀਆਂ ਅਤੇ ਖੂਨ ਨਾਲ ਲਥਪਥ ਕੱਪੜੇ ਬਰਾਮਦ ਕੀਤੇ ਨੇ। ਪੁਲਿਸ ਦਾ ਕਹਿਣਾ ਕਿ ਵਿਜੇ ਖਿਲਾਫ ਪਹਿਲਾਂ ਵੀ ਲੁੱਟ ਦੇ ਮਾਮਲੇ ਦਰਜ ਨੇ। ਪੁਲਿਸ ਪੁੱਛਗਿੱਛ ਦੌਰਾਨ ਆਰੋਪੀ ਵਿਜੇ ਨੇ ਦੱਸਿਆ ਕਿ DSP ਨੂੰ ਮਾਰਨ ਤੋਂ ਬਾਅਦ ਉਸ ਨੂੰ ਸਾਰੀ ਰਾਤ ਨੀਂਦ ਨਹੀਂ ਆਈ, ਬੇਚੈਨੀ ਵਿੱਚੋਂ ਇੱਕ ਪਾਸੇ ਤੋਂ ਦੂਜੇ ਪਾਸੇ ਮੁੜਦਾ ਰਿਹਾ। ਪਰੇਸ਼ਾਨ ਹੋ ਕੇ ਉਸਨੇ ਮੈਡੀਕਲ ਨਸ਼ਾ ਲੈ ਲਿਆ ਤੇ ਆਖਰਕਾਰ ਪੁਲਿਸ ਦੇ ਹੱਥ ਉਸ ਤੱਕ ਪਹੁੰਚ ਗਏ। ਇਸ ਮਾਮਲੇ ਨੇ ਇੱਕ ਵਾਰ ਫਿਰ ਸਾਬਿਤ ਕਰ ਦਿੱਤਾ ਹੈ ਕਿ ਗੁੱਸਾ ਕਿਸੇ ਮਸਲੇ ਦਾ ਹੱਲ ਨਹੀਂ, ਥੋੜਾ ਜਿਹਾ ਗੁੱਸਾ ਤੁਹਾਨੂੰ ਕਿਸੇ ਵੱਡੀ ਮੁਸੀਬਤ ਵਿੱਚ ਫਸਾ ਸਕਦਾ ਹੈ। ਆਟੋ ਡਰਾਈਵਰ ਵਿਜੇ ਨੂੰ 31 ਦਸੰਬਰ ਦੀ ਇਹ ਰਾਤ ਹਮੇਸ਼ਾ ਯਾਦ ਰਹੇਗੀ ਅਤੇ ਉੱਧਰ DSP ਦਲਵੀਰ ਸਿੰਘ ਦਾ ਪਰਿਵਾਰ ਵੀ ਇਸ ਨੂੰ ਕਦੇ ਨਹੀਂ ਭੁੱਲੇਗਾ।